ਵੈ ਗੁਰਜੀਕਾ ਖਾਲਸਾ ਵੈ ਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 5 ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀ ਆਇਆਂ ਮੈਂ ਅਰਸ਼ਿੰਦਰ ਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 6 ਲੈ ਕੇ ਹਾਜ਼ਰ ਹਾਂ ਸਾਡਾ ਅੱਜ ਦਾ ਪਾਠ ਹੈ ਮਾਂ ਬੋਲੀ ਕਵਿਤਾ ਮਦਰ ਟੰਗ ਪੋਮ ਇਸ ਤੋਂ ਪਹਿਲਾਂ ਅਸੀਂ ਕਹਾਣੀਆਂ ਪੜ੍ਹੀਆਂ ਸਨ ਛੋਟੀਆਂ-ਛੋਟੀਆਂ ਕਹਾਣੀਆਂ ਤੇ ਮੈਨੂੰ ਪੂਰਾ ਯਕੀਨ ਹੈ ਤੁਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਯਾਦ ਕੀਤਾ ਹੋਵੇਗਾ ਆਪਣਾ ਘਰ ਦਾ ਕੰਮ ਕੀਤਾ ਹੋਵੇਗਾ ਨਾਲ-ਨਾਲ ਤੁਸੀਂ ਆਪਣੀ ਪੰਜਾਬੀ ਭਾਸ਼ਾ ਦੀ ਰਵਾਨਗੀ ਵੀ ਜਿਹੜੀ ਤੁਸੀਂ ਟੈਸਟ ਕਰ ਰਹੇ ਹੋਗੇ ਟਾਈਮਰ ਲਗਾ ਕੇ ਕਿਤੇ ਤੁਹਾਡੀ ਰਵਾਨਗੀ ਪਹਿਲਾਂ ਨਾਲੋਂ ਬਿਹਤਰ ਹੁੰਦੀ ਹੋ ਰਹੀ ਹੋਵੇਗੀ ਠੀਕ ਹੈ ਜੀ ਸੋ ਅੱਜ ਦਾ ਪਾਠ ਸਾਡਾ ਨਵਾਂ ਪਾਠ ਮਾਂ ਬੋਲੀ ਕਵਿਤਾ ਮਾਂ ਬੋਲੀ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਾਂਗੇ ਮਾਂ ਬੋਲੀ ਸਾਡੀ ਮਾਂ ਦੀ ਬੋਲੀ ਸਾਨੂੰ ਵਿਰਸੇ ਵਿੱਚ ਮਿਲਦੀ ਹੈ ਇਹ ਬੋਲੀ ਸਾਨੂੰ ਮਾਂ ਦੇ ਪਿਆਰ ਮਾਂ ਦੀ ਮਮਤਾ ਦੇ ਨਾਲ ਮਿਲਦੀ ਹੈ ਇਹ ਸਾਡੀ ਵਿਰਾਸਤ ਦੀ ਬੋਲੀ ਹੁੰਦੀ ਹੈ ਠੀਕ ਹੈ ਜੀ ਮੈਨੂੰ ਮੇਰੀ ਮਾਂ ਬੋਲੀ ਮੇਰੀ ਮਾਂ ਵਾਂਗਰ ਹੀ ਪਿਆਰੀ ਲੱਗਦੀ ਹੈ ਸੋ ਇਸ ਕਵਿਤਾ ਨੂੰ ਸਮਝਣ ਤੋਂ ਪਹਿਲਾਂ ਅਸੀਂ ਜਿਹੜੀ ਇਹਦੇ ਵਿੱਚ ਸ਼ਬਦ ਆਣਗੇ ਅਸੀਂ ਉਹਨਾਂ ਔਖੇ ਸ਼ਬਦਾਂ ਨੂੰ ਅਸੀਂ ਇੱਥੇ ਪਹਿਲਾਂ ਵੇਖਾਂਗੇ ਇਹ ਤੁਹਾਨੂੰ ਮਦਦ ਕਰਨਗੇ ਤੁਹਾਨੂੰ ਹੈਲਪ ਕਰਨਗੇ ਇਸ ਪੋਮ ਨੂੰ ਸਮਝਣ ਵਾਸਤੇ ਸੋ ਇਹ ਦੇਖੋ ਜੀ ਪਹਿਲਾ ਸ਼ਬਦ ਲਿਖਤ ਲਿਖਤ ਹੁੰਦੀ ਰਾਈਟਿੰਗ ਨਿਆਰੀ ਯੂਨਿਕ ਸਵਾਰੀ ਡੈਕੋਰेटेड ਸੋਇਲੇ ਗ੍ਰੇਸ ਉਚਾਰੀ ਅਟਰਡ ਬੋਲੀਆਂ ਪਾਈਏ सिन कपलिट सिन गिदा समटाइम इन भंगड़ा ऑलसो दर आर बोलियाँ जिंद जान लाइफ अपमान इंसल्ट और डिसऑनर शान वधाइए इनक्रीज प्रस्टिज निभा फुलफिल्स सदियाँ सेंचुरीज शलोक फॉम ऑफ पोएट्री काफ़ी सेम एस शलोक फॉम ऑफ ए ਪੱਕੀ ਫਰਮ ਹੋਣ ਨਾ ਦੇਈਏ ਨਾਟ ਲੈਟ ਇਟ ਹੈਪਨ ਇਹ ਸ਼ਬਦ ਥੋੜੇ ਜਿ ਔਖੇ ਹਨ ਇਸ ਕਰਕੇ ਤੁਹਾਨੂੰ ਤਿੰਨ ਜਾਂ ਚਾਰ ਵਾਰੀ ਇਹ ਸ਼ਬਦ ਪਹਿਲਾਂ ਸਮਝਨੇ ਪੈਣਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਕਵਤਾ ਉਹਦੀ ਚੰਗੀ ਤਰ੍ਹਾਂ ਸਮਝ ਆਏਗੀ ਬੱਚਿਓ ਕਵਤਾ ਦੇ ਵਿੱਚ ਹਮੇਸ਼ਾ ਹੀ ਜਿਹੜੇ ਕਵੀ ਹੁੰਦੇ ਹਨ ਉਹ ਚੁੰ ਚੁੰ ਦੇ ਸ਼ਬਦ ਵਰਤਦੇ ਹਨ ਥੋੜੇ ਸ਼ਬਦਾਂ ਦੇ ਵਿੱਚ ਜ਼ਿਆਦਾ ਵੱਡੀ ਗੱਲ ਕਹਿਣੀ ਚਾਹੁੰਦੇ ਹਨ ਇਸ ਕਰਕੇ ਕਵਤਾ ਦੇ ਬੋਲ ਜਿਹੜੇ ਹਮੇਸ਼ਾ ਹੁੰਦੇ ਆ ਉਹ ਥੋੜੇ ਜੇ ਮੁਸ਼ਕਲ ਹੁੰਦੇ ਆ ਤੇ ਪਰ ਸੋਹਣੇ ਹੁੰਦੇ ਆ ਠੀਕ ਹੈ ਜੀ ਸੋ ਹੁਣ ਮੈਂ ਤੁਹਾਡੇ ਲਈ ਇਹ ਪਹਿਲਾ ਕਵਤਾ ਪੜਾਂਗੀ ਉਹਦੇ ਵਿੱਚ ਅੰਗਰੇਜ਼ੀ ਦਾ ਅਨੁਵਾਦ ਟਰਾਂਸਲੇਸ਼ਨ ਤੁਹਾਡੇ ਸਮਝਣ ਵਾਸਤੇ ਸਾਈਡ ਤੇ ਹੈ ਤੁਸੀਂ ਇਥੋਂ ਪੜ ਕੇ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹੋ ਠੀਕ ਹੈ ਜੀ ਮਾਂ ਬੋਲੀ ਪੰਜਾਬੀ ਬੋਲੀ ਮਿੱਠੀ ਅਤੇ ਪਿਆਰੀ ਬੋਲੀ ਪੰਜ ਆਬ ਨਾਲ ਜੁੜੀ ਇਹ ਬੋਲੀ ਗੁਰੂਆਂ ਤੇ ਪੀਰਾਂ ਦੀ ਬੋਲੀ ਮਾਂ ਬੋਲੀ ਪੰਜਾਬੀ ਬੋਲੀ ਮਿੱਠੀ ਅਤੇ ਪਿਆਰੀ ਬੋਲੀ ਪੰਜ ਆਬ ਨਾਲ ਜੁੜੀ ਇਹ ਬੋਲੀ ਗੁਰੂਆਂ ਤੇ ਪੀਰਾਂ ਦੀ ਬੋਲੀ ਇੱਥੇ ਤੁਸੀਂ ਦੇਖਿਆ ਪੰਜ ਆਬ ਆਬ ਹੁੰਦੇ ਪਾਣੀ ਇੱਥੇ ਪੰਜ ਆਬ ਦਾ ਮਤਲਬ ਆ ਪੰਜ ਦਰਿਆ ਪੰਜਾਬ ਦੇ ਪੰਜ ਦਰਿਆਵਾਂ ਦੀ ਬੋਲੀ ਹੈ ਇਹ ਤੇ ਗੁਰੂਆਂ ਤੇ ਪੀਰਾਂ ਦੀ ਬੋਲੀ ਹੈ ਮਿੱਠੀ ਪਿਆਰੀ ਬੋਲੀ ਹੈ ਠੀਕ ਸੋ ਪੰਜਾਬ ਦੀ ਪੰਜਾਂ ਪਾਣੀਆਂ ਦੀ ਪੰਜ ਦਰਿਆਵਾਂ ਦੀ ਬੋਲੀ ਸਦੀਆਂ ਤੋਂ ਇਹ ਬੋਲੀ ਜਾਂਦੀ ਲੱਖਾਂ ਦੇ ਇਹ ਬੋਲ ਨਿਭਾਉਂਦੀ ਬੁੱਲੇ ਸ਼ਾਹ ਦੀ ਕਾਫੀ ਗੌਂਦੀ बाबा फरीद दे श्लोक सडोंदी बुल्ले शाह सूफी पोएट शेख फरीद जी सूफी पोएट ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ शेख फरीद जी ਦੀ बाबा फरीद जी ਦੀ ਬਾਣੀ ਦਰਜ ਹੈ ਗੁਰੂ ਨਾਨਕ ਨੇ ਮੁਖ ਉਚਾਰੀ ਗੁਰੂ ਅੰਗਦ ਨੇ ਲਿਖਤ ਸਵਾਰੀ ਸਾਨੂੰ ਲੱਗਦੀ ਬਹੁਤ ਪਿਆਰੀ ਮਾਂ ਬੋਲੀ ਮਿੱਠੀ ਏ ਨਿਆਰੀ ਗੁਰੂ ਨਾਨਕ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੇ ਪਹਿਲੇ ਗੁਰੂ ਉਹਨਾਂ ਨੇ ਗੁਰਬਾਣੀ ਉਚਾਰੀ ਪੰਜਾਬੀ ਪਾਸ਼ਾ ਦੇ ਵਿੱਚ ਗੁਰੂ ਅੰਗਦ ਨੇ ਲਿਖਤ ਸواری ਗੁਰੂ ਅੰਗਦ ਸਾਹਿਬ ਨੇ ਸਾਨੂੰ ਗੁਰਮੁਖੀ ਸਕ੍ਰਿਪਟ ਸواری ਕੇ ਦਿੱਤੀ ਸਾਨੂੰ ਲੱਗਦੀ ਬਹੁਤ ਪਿਆਰੀ ਮਾਂ ਬੋਲੀ ਮਿੱਠੀ ਐ ਨਿਆਰੀ ਸਾਡੇ ਲਈ ਸਿੱਖਾਂ ਲਈ ਇਹ ਬੋਲੀ ਦਾ ਸਤਕਾਰ ਇਸ ਬੋਲੀ ਦਾ ਸਤਕਾਰ ਤੇ ਪਿਆਰ ਹੋਰ ਵੱਧ ਜਾਂਦਾ ਹੈ ਕਿਉਂਕਿ ਇਹ ਸਾਡੇ ਗੁਰੂਆਂ ਨੇ ਉਚਾਰੀ ਤੇ ਸਵਾਰੀ ਬੋਲੀ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਹੈ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ ਸਭ ਤੋਂ ਵੱਡਾ ਸਤਿਕਾਰ ਮੈਨੂੰ ਲੱਗਦਾ ਅਸੀਂ ਬੋਲੀ ਦਾ ਕਰਦੇ ਆ ਉਦੋਂ ਠੀਕ ਹੈ ਪੰਜਾਬੀਆਂ ਦੀ ਪੱਕੀ ਪਹਿਚਾਨ ਕਰਦੇ ਇਸ ਦਾ ਬਹੁਤਾ ਮਾਣ ਪੰਜਾਬੀ ਸਾਡੀ ਜਿੰਦ ਤੇ ਜਾਨ ਹੋਣ ਨਾ ਦੇਈਏ ਇਸ ਦਾ ਅਪਮਾਨ ਸਾਡੀ ਪਛਾਣ ਕੀ ਸਾਡੀ ਬੋਲੀ ਹੈ ਅਸੀਂ ਇਸ ਦਾ ਕਦੇ ਵੀ ਅਪਮਾਨ ਨਾ ਹੋਣ ਦਈਏ ਅਸੀਂ ਠੀਕ ਹੈ ਹੋਰ ਭਾਸ਼ਾ ਸਿੱਖੀਏ ਬੋਲੀਏ ਵੀ ਪਰ ਅਸੀਂ ਪੰਜਾਬੀ ਨੂੰ ਵੀ ਪਿਆਰ ਕਰੀਏ ਕਿਉਂਕਿ ਇਹ ਸਾਡੇ ਵਿਰਸੇ ਦੀ ਬੋਲੀ ਹੈ ਸਾਡੀ ਆਪਣੀ ਬੋਲੀ ਹੈ ਇਹ ਸਾਡੀ ਪਛਾਣ ਹੈ ਸਾਡੀ ਆਇਡੈਂਟੀਟੀ ਹੈ ਠੀਕ ਪੰਜਾਬੀ ਵਿੱਚ ਬੋਲੀਆਂ ਪਾਈਏ ਚੁਟਕਲੇ ਸੁਣ ਕੇ ਹਸਿਏ ਹਸਾਈਏ ਘਰ ਘਰ ਇਸ ਦੇ ਸੋਹਲੇ ਗਾਈਏ ਰਲ ਕੇ ਇਸ ਦੀ ਸ਼ਾਨ ਵਧਾਈਏ ਪੰਜਾਬੀ ਵਿੱਚ ਅਸੀਂ ਬੋਲੀਆਂ ਪਾਈਏ ਚੁਟਕਲੇ ਸੁਣਦੇ ਆ ਹੱਸਦੇ ਆ ਹਸਾਉਂਦੇ ਆ ਠੀਕ ਹੈ ਸੋ ਨਾਲ-ਨਾਲ ਅਸੀਂ ਇਹਦੀ ਪ੍ਰਸ਼ੰਸਾ ਕਰੀਏ ਇਹਦੀ ਪ੍ਰਸ਼ੰਸਾ ਅਸੀਂ ਕਿਵੇਂ ਕਰਾਂਗੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਾਂਗੇ ਪਹਿਲਾਂ ਫਿਰ ਇਸ ਦੀ ਸ਼ਾਨ ਵਧੇਗੀ ਇਹ ਪੰਜਾਬੀ ਹੋਰ ਲੋਕੀ ਵੀ ਸਿੱਖਣਗੇ ਅਸੀਂ ਆਪਣੀ ਪੰਜਾਬੀ ਤੇ ਮਾਣ ਕਰ ਸਕਾਂਗੇ ਆਪਣੀ ਭਾਸ਼ਾ ਤੇ ਮਾਣ ਕਰ ਸਕਾਂਗੇ ਦਲਜੀਤ कौर ਜੀ ਦੀ ਇਹ ਹਫ਼ਤਾ ਬਹੁਤ ਪਿਆਰੀ ਲੱਗੀ ਹੈ ਮੈਨੂੰ ਤੇ ਮੈਨੂੰ ਯਕੀਨ ਹੈ ਤੁਸੀਂ ਵੀ ਇਹਨੂੰ ਬਹੁਤ ਇੰਜੋਏ ਕਰੋਗੇ ਠੀਕ ਹੈ ਬੱਚੋ ਉਨੇ ਅਸੀਂ ਕਪਤਾ ਪੜ੍ਹੀ ਵੋਕੇਬਲਰੀ ਸਿੱਖੀ ਵੋਕੇਬਲਰੀ ਦੇ ਨਾਲ ਅਸੀਂ ਇਸ ਕਪਤਾ ਦਾ ਭਾਵ ਇਹਦੇ ਕਪਤਾ ਦਾ ਮੈਸੇਜ ਕੀ ਆ ਅਸੀਂ ਉਹ ਸਿੱਖਿਆ ਠੀਕ ਹੈ ਹੁਣ ਅਗਲਾ ਜਿਹੜਾ ਸਾਡਾ ਪੱਖ ਹੈਗਾ ਉਹ ਹੈਗਾ ਗ੍ਰਾਮਰ ਪੁਆਇੰਟ ਗ੍ਰਾਮਰ ਦਾ ਪੱਖ ਅਸੀਂ ਵੇਖਦੇ ਆ ਕਿ ਜਿਹੜੇ ਇਹ ਸ਼ਬਦ ਹੈ ਇਸ ਇੱਥੇ ਅਸੀਂ ਇਹ ਵੇਖਣ ਲੱਗੇ ਆ ਕਿ ਜਿਹੜੇ ਸ਼ਬਦ ਨੇ ਉਹਨਾਂ ਦੇ ਅੱਗੇ ਇੱਕ ਹੋਰ ਸ਼ਬਦ ਛੋਟਾ ਸ਼ਬਦ ਲਾ ਕੇ ਪ੍ਰੀਫਿਕਸ ਇਸ ਅਸੀ ਕਹਿਨੇ ਉਹਨਾਂ ਨੂੰ ਉਹ ਲਗਾ ਕੇ ਅਸੀਂ ਇੱਕ ਨਵਾਂ ਸ਼ਬਦ ਕਿਸ ਤਰ੍ਹਾਂ ਬਣਾ ਲੈਨੇ ਆ ਠੀਕ ਹੈ ਸੋ ਇਹ ਭਾਸ਼ਾ ਦੀ ਅਮੀਰੀ ਹੁੰਦੀ ਹੈ ਜਦੋਂ ਅਸੀਂ ਭਾਸ਼ਾ ਦੇ ਅੱਗੇ ਕੋਈ ਸ਼ਬਦ ਲਗਾ ਕੇ ਜਾਂ ਪਿੱਛੇ ਕੋਈ ਸ਼ਬਦ ਲਗਾ ਕੇ ਸ਼ਬਦ ਦਾ ਹਿੱਸਾ ਲਗਾ ਕੇ ਅਸੀਂ ਨਵਾਂ ਸ਼ਬਦ ਘੜ ਲੈਨੇ ਆ ਨਵਾਂ ਸ਼ਬਦ ਬਣਾ ਲੈਨੇ ਆ ਸੋ ਅਸੀਂ ਇੱਥੇ ਦੇਖਾਂਗੇ ਮਾਨ ਮਾਨ ਹੁੰਦਾ ਆ ਆਨਰ ਰਾਈਟ અપਮਾਨ ਡਿਸਆਨਰ ਸੋ ਮੂਰੇ ਅਪਲ ਸ਼ਬਦ ਲਗਾਉਣ ਦੇ ਨਾਲ ਇੱਕ ਹੋਰ ਨਵਾਂ ਸ਼ਬਦ ਅਸੀਂ ਬਣਾ ਲਿਆ ਸ਼ਬਦ is words or good words right ap shabd bad words so jadon asi kehne kise nu bad words nahi bolne asi kise nu ap shabd nahi bolne ap shabd bolne change nahi hunde shabd bolne chahide shabdan di saanj pawni chahidi hai change shabd bol ke gal karne chahidi hai theek hai so asi dekha ke prefixes up jitta ithe laga ke asi kive nawa shabd banaya prefix laga ke so tu si nave do shabd sikhe theek ਪਰ ਅੱਗੇ ਅਸੀਂ ਨਵਾਂ ਜਿਹੜਾ ਪੁਆਇੰਟ ਹੈਗਾ ਇੱਕ ਹੋਰ ਪੁਆਇੰਟ ਉਹ ਹੈਗਾ ਪੋਜੈਸਿਵ ਨਾਉਨਸ ਦਾ ਸੋ ਸ਼ਬਦ ਹੈਗਾ ਹੱਥੀ ਰਾਈਟ ਸੋ ਹੱਥੀ ਦਾ ਮਤਲਬ ਕੀ ਹੋ ਗਿਆ ਹੱਥਾਂ ਦੇ ਨਾਲ ਸੋ ਹੱਥਾਂ ਦੇ ਨਾਲ ਨੂੰ ਅਸੀਂ ਹੱਥ ਦੇ ਨਾਲ ਪਿੱਛੇ ਬਿਹਾਰੀ ਪਾ ਕੇ ਉੱਤੇ ਨੇਜ਼ਲ ਸਾਊਂਡ ਬਿੰਦੀ ਲਗਾ ਕੇ ਅਸੀਂ ਇੱਕ ਛੋਟਾ ਸ਼ਬਦ ਬਣਾ ਲਿਆ ਮੈਂ ਤੁਹਾਨੂੰ ਕਿਹਾ ਸੀ ਕਵਤਾ ਦੇ ਵਿੱਚ ਹਮੇਸ਼ਾ ਹੁੰਦਾ ਹੈ ਕਿ ਸ਼ਬਦ ਚੁਣ-ਚੁਣ ਕੇ ਰੱਖੇ ਜਾਂਦੇ ਆ ਸੋ ਇਸ ਕਰਕੇ ਹੱਥਾਂ ਨਾਲ ਦੀ ਥਾਂ ਤੇ ਅਸੀਂ ਇੱਥੇ ਹੱਥੀਂ ਸ਼ਬਦ ਵਰਤੇ ਆ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਇਸ ਹਫ਼ਤਾ ਵਿੱਚ ਪੰਜਾਬੀ ਬੋਲੀ ਲਈ ਕਿਹੜੇ ਵਿਸ਼ੇਸ਼ਣ ਵਰਤੇ ਗਏ ਆ? ਕਿਹੜੇ ਐਜੈਟਿਵਸ ਵਰਤੇ ਗਏ ਆ? ਰਾਈਟ ਸੋ ਤੁਸੀਂ ਉਹ ਇੱਥੇ ਲਿਖੋਗੇ ਆਪਾਂ ਇੱਥੇ ਦੇਖਦੇ ਆ ਜਿਸ ਤਰ੍ਹਾਂ ਮਿੱਠੀ, ਪਿਆਰੀ ਰਾਈਟ ਸੋ ਇਸ ਤਰ੍ਹਾਂ ਦੇ ਐਜੈਟਿਵਸ ਤੁਸੀਂ ਇੱਥੇ ਲਿਖੋਗੇ ਚੁਣ ਕੇ ਕਵਿਤਾ ਦੇ ਵਿੱਚੋਂ। ਕਿਹੜੇ ਕਿਹੜੇ ਮਹਾਪੁਰਖਾਂ ਨੇ ਪੰਜਾਬੀ ਨੂੰ ਵਰਤਿਆ ਸੋ ਮਹਾਪੁਰਖ ਕੌਣ ਹੁੰਦੇ ਆ ਗ੍ਰੇਟ ਪੀਪਲ ਗ੍ਰੇਟ men right ਸੋ ਸਾਡੇ ਕੋਲੇ ਅਸੀਂ ਦੇਖਿਆ ਇੱਥੇ ਕਿ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸ਼ੇਖ ਫਰੀਦ ਜੀ ਬੁੱਲੇ ਸ਼ਾਹ ਜੀ ਤੇ ਹੋਰ ਬਹੁਤ ਸਾਰੇ ਜਿਹੜੇ ਮਹਾਨ ਲੋਕ ਹਨ ਮਹਾਪੁਰਸ਼ਾਂ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਵਰਤਿਆ ਤੁਸੀਂ ਇਸ ਕਰਤਾ ਦੇ ਵਿੱਚੋਂ ਦੇਖਣਾ ਤੇ ਉਹਨਾਂ ਦੇ ਨਾਮ ਇੱਥੇ ਲਿਖਣਾ ਠੀਕ ਹੈ ਪੰਜਾਬੀ ਕਿੰਨੀ ਦੇਰ ਤੋਂ ਬੋਲੀ ਜਾਂਦੀ ਹੈ ਪੰਜਾਬੀ ਤਾਂ ਸਦੀਆਂ ਤੋਂ ਬੋਲੀ ਜਾਂਦੀ ਹੈ ਜੇ ਗੁਰੂ ਨਾਨਕ ਸਾਹਿਬ ਜੀ ਦੀ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਹੁਣੇ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਅਨ ਪ੍ਰਕਾਸ਼ ਪੁਰਮਾਨਾ ਕੇ ਹਟੇ ਆ ਪੰਜ ਸਦੀਆਂ ਤੋਂ ਉੱਪਰ ਹੋ ਗਿਆ ਰਾਈਟ ਇਸ ਤੋਂ ਵੀ ਪਹਿਲਾਂ ਸ਼ੇਖ ਫਰੀਦ ਜੀ ਹੈ ਨਾ ਸੋ 12ਵੀਂ 12th ਸੈਂਚਰੀ ਚ ਹੋਇਆ ਹੋ ਤੋ ਉਸ ਤੋਂ ਵੀ ਪਹਿਲਾਂ ਦੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਸੋ ਸਦੀਆਂ ਤੋਂ ਹੈ ਨਾ ਅਸੀਂ ਪੰਜਾਬੀ ਰੋਜ਼ ਕਿਸ ਤਰ੍ਹਾਂ ਵਰਤ ਸਕਦੇ ਹਾਂ ਅਸੀਂ ਤੁਹਾਨੂੰ ਪਤਾ ਹੈ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਪੰਜਾਬੀ ਪੜ੍ਹੋ ਹਰ ਰੋਜ਼ ਤੇ ਪੰਜਾਬੀ ਵਿੱਚ ਗੱਲਬਾਤ ਕਰੋ ਘਰ ਗੱਲਬਾਤ ਕਰੋਗੇ ਤੇ ਤੁਸੀਂ ਪੰਜਾਬੀ ਜਿਆਦਾ ਸੋਹਣੀ ਤਰ੍ਹਾਂ ਬੋਲ ਸਕਦੇ ਹੋ ਠੀਕ ਹੈ ਸੋ ਤੁਸੀਂ ਇਸ ਤਰ੍ਹਾਂ ਕਰਨਾ ਪੰਜਾਬੀ ਦੀ ਵਰਤੋਂ ਕਰਨਾ ਜਦੋਂ ਘਰ ਵਿੱਚ ਗੱਲਬਾਤ ਕਰਦੇ ਹੋ ਤੇ ਤੁਸੀਂ ਪੰਜਾਬੀ ਵਿੱਚ ਗੱਲ ਕਰੋ ਪੰਜਾਬੀ ਪੜੋ ਪੰਜਾਬੀ ਨੂੰ ਜਿਆਦਾ ਤੋਂ ਜਿਆਦਾ ਵਰਤੋ ਠੀਕ ਸੋ ਤੁਸੀਂ ਇੱਥੇ ਲਿਖਣਾ ਤੁਸੀਂ ਕਿਵੇਂ ਵਰਤਦੇ ਹੋ ਠੀਕ ਪੰਜਾਬੀ ਤੇ ਕੌਣ ਬਹੁਤ ਮਾਣ ਕਰਦੇ ਹਨ ਆਫ ਕੋਰਸ ਪੰਜਾਬੀ ਤੇ ਅਸੀਂ ਸਾਰੇ ਬਹੁਤ ਮਾਣ ਕਰਦੇ ਹਾਂ ਅਸੀਂ ਪੰਜਾਬੀ ਪੰਜਾਬੀ ਤੇ ਬਹੁਤ ਮਾਣ ਕਰਦੇ ਹਾਂ ਠੀਕ ਸੋਮਵਾਰ ਘਰ ਦਾ ਕੰਮ ਸੈਟ ਅ ਟਾਈਮਰ ਰੀਡ ਦ ਫੋਰਮ ਅਗੇਨ ਹਾਊ ਮਨੀ ਮਿੰਟਸ ਡਿਡ ਇਟ ਟੇਕ ਰਾਈਟ ਸੋ ਤੁਸੀਂ ਇਹ ਤੁਹਾਡੀ ਜਿਹੜੀ ਰੀਡਿੰਗ ਦੀ ਰਵਾਨਗੀ ਹੈ ਜਿਹੜੀ ਤੁਹਾਡੀ ਪੰਜਾਬੀ ਪੜਨ ਦੀ ਤੁਹਾਡੀ ਰਵਾਨਗੀ ਆ ਉਹ ਤੁਸੀਂ ਇੱਥੇ ਨੋਟ ਕਰਦੇ ਹੋ ਹਰ ਵਾਰੀ ਤੁਸੀਂ ਟੈਸਟ ਕਰਦੇ ਹੋ ਆਪਣੇ ਆਪ ਨੂੰ ਤੇ ਤੁਸੀਂ ਲਿਖਦੇ ਹੋ ਠੀਕ ਮੰਗਲਵਾਰ ਕਰਦਾ ਕੰਮ ਮੰਗਲਵਾਰ ਦਾ ਕਰਦਾ ਕੰਮ ਕੀ ਹੈਗਾ ਇਹਦੇ ਵਿੱਚ ਕੁਝ ਟ੍ਰਿੱਕੀ ਵਰਡਸ ਆ ਕੇ ਹੈ ਨਾ ਸੋ ਜਿਹੜੇ ਕਿ ਆਪਾਂ ਹੁਣ ਦੇਖਦੇ ਆ ਟ੍ਰਿੱਕੀ ਸਪੈਲਿੰਗ ਵਰਡਸ ਰੀਡ ਦਾ ਟ੍ਰਿੱਕੀ ਵਰਡਸ ਮੇਡ ਵਿਦ ਮਾਤਰਾਸ ਯੂਜ਼ਡ ਵਿਦ ਊੜਾ ਐੜਾ ਐਂਡ ਈਡੀ ਊੜਾ ਐਂਡ ਐੜਾ ਐਂਡ ਈਡੀ ਕੀ ਹੈ ਸਾਡੇ ਇੰਡੀਪੈਂਡੈਂਟ ਵੋਵਲ ਕੈਰੀਅਰਸ ਹੈ ਕਿਹਾ ਠੀਕ ਹੈ ਇਹਨਾਂ ਨਾਲ ਮਾਤਰਾ ਲਗਾ ਕੇ ਅਸੀਂ ਸ਼ਬਦ ਬਣਾਉਣੇ ਆ ਥੀਸ ਵਰਡਸ ਆ ਡਿਫਿਕਲਟ ਟੂ ਸਪੈਲ Then read the sentences with these words, circle these tricky words in the sentences, words that have matras with these three letters Uda, Ada and ED are called independent matra words. So to say Koge. ਕਿਹੜੇ ਸ਼ਬਦ ਦੇ ਵਿੱਚ ਐੜੇ ਨੂੰ ਕੋਈ ਮਾਤਰਾ ਲੱਗੀ ਕਿਹੜੇ ਸ਼ਬਦ ਦੇ ਵਿੱਚ ਊੜੇ ਨੂੰ ਕੋਈ ਮਾਤਰਾ ਲੱਗ ਕੇ ਸ਼ਬਦ ਬਣਿਆ ਹੋਇਆ ਕਿਹੜੇ ਸ਼ਬਦ ਦੇ ਵਿੱਚ ਈੜੀ ਨੂੰ ਕੋਈ ਮਾਤਰਾ ਲੱਗ ਕੇ ਸ਼ਬਦ ਬਣਿਆ ਹੋਇਆ ਸੋ ਇੱਥੇ ਤੁਹਾਨੂੰ ਇੱਕ ਕਲੂ ਦਿੱਤਾ ਹੋਇਆ ਕਿ ਐੜੇ ਨੂੰ ਕੰਨਾ ਵਾਲਾ ਜਿਹੜਾ ਸ਼ਬਦ ਉਹਨੂੰ ਸਰਕਲ ਕੀਤਾ ਇਸੇ ਤਰ੍ਹਾਂ ਤੁਸੀਂ ਬਾਕੀ ਇੰਡੀਪੈਂਡੈਂਟ ਵੋਵਲ ਕੈਰੀਅਰਸ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਸ਼ਬਦ ਬਣੇ ਜਿੱਥੇ ਉਹ ਆਏ ਆ ਉਹਨਾਂ ਨੂੰ ਤੁਸੀਂ ਸਰਕਲ ਕਰੋਗੇ ਠੀਕ ਹੈ ਸਰਕਲ ਕਰਕੇ ਇੱਥੇ ਤੁਸੀਂ ਉਹਨਾਂ ਨੂੰ ਲਿਖੋਗੇ ਬੁੱਧਵਾਰ ਕਰਦਾ ਕੰਮ ਕਾਪੀ 10 ਇੰਡੀਪੈਂਡੈਂਟ ਮਾਤਰਾਸ ਵਿਦ ਊੜਾ ਐੜਾ ਐਂਡ ਈੜੀ ਐਸ ਵੈਲ ਐਸ 10 ਡਿਪੈਂਡੈਂਟ ਮਾਤਰਾ ਵਰਡਸ ਠੀਕ ਫਰੋਮ ਦਾ ਪੋ ਸੋ ਇੰਡੀਪੈਂਡੈਂਟ ਜਿਹੜੇ ਊੜਾ ਐੜਾ ਈੜੀ ਦੇ ਨਾਲ ਕੋਈ ਮਾਤਰਾ ਲਾ ਕੇ ਸ਼ਬਦ ਬਣਿਆ ਤੇ ਡਿਪੈਂਡੈਂਟ ਜਿਹੜੇ ਹੈਗੇ ਆ ਉਹ ਹੈਗੇ ਜਿਹੜੇ ਬਿਨਾ ਇਹਨਾਂ ਤੋਂ ਊੜਾ ਐੜਾ ਈੜੀ ਤੋਂ ਕਿਸੇ ਹੋਰ ਜਿਹੜੇ ਕੌਨਸੋਨੈਂਟਸ ਹੈਗੇ ਆ ਜਿੱਦਾਂ ਸ ਸ ਆਏ ਰਾਈਟ ਸੋ ਇਸ ਤਰ੍ਹਾਂ ਕਰਕੇ ਰ ਰ ਆਏ ਸੋ ਇਨ ਇਹ ਸ਼ਬਦ ਤੁਸੀਂ ਇਹਦੇ ਵਿੱਚ ਲਿਖੋਗੇ ਜਿਹੜੇ ਹੋਰ ਡਿਪੈਂਡੈਂਟ ਮਾਤਰਾ ਵਾਲੇ ਸ਼ਬਦ ਆ ਵੀਰ ਵਾਰ ਕਰਦਾ ਕੰਮ ਕਨੈਕਟ ਦਾ ਵਰਡਸ ਵਿਦ देयर मीनिंग ਸੋ ਯੂ ਹੈਵ ਪੰਜਾਬੀ ਵਰਡਸ ਹੇਅਰ ਆਪਾਂ ਵੋਕੈਬਲਰੀ ਸਿੱਖੀ ਸੀ ਤੇ ਇਧਰ ਤੁਹਾਡੇ ਕੋਲੇ ਇੰਗਲਿਸ਼ ਵਰਡਸ ਹੈਗੇ ਆ ਤੁਸੀਂ ਦੇਖਣਾ ਕਿ ਕਿਹੜਾ ਸ਼ਬਦ ਕਿੱਥੇ ਮੈਚ ਹੁੰਦਾ ਜਿਸ ਤਰ੍ਹਾਂ ਲਿਖਤ ਐਂਡ ਵੀ ਹੈਵ ਇਨ ਦਾ ਸੈਕੰਡ um box bhi have writing so you have to match that so tus sik karna ke a e wala likht da number 1 hai tus ithe number 1 vi likh sakde ho ya tusin line de naal vi match kar sakde ho theek hai ਸੋ ਬੱਚੋ ਅੱਜ ਸਾਡਾ ਇੰਨਾ ਹੀ ਕੰਮ ਸੀਗਾ ਤੇ ਮੈਨੂੰ ਬਹੁਤ ਯਕੀਨ ਹੈ ਤੁਹਾਡੇ ਤੇ ਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋਗੇ ਤੇ ਤੁਸੀਂ ਇਹਨਾ ਪਾਠਾਂ ਨੂੰ ਇੰਜੋਏ ਕਰ ਰਹੇ ਹੋਗੇ ਤੇ ਅਗਲੇ ਹਫਤੇ ਤੁਹਾਡੇ ਲਈ ਨਵਾਂ ਪਾਠ ਲੈ ਕੇ ਆਵਾਂਗੀ ਤੇ ਉਦੋਂ ਤੱਕ ਤੁਸੀਂ ਆਪਣੀ ਮਿਹਨਤ ਕਰਦੇ ਰਹਿਣਾ ਪੰਜਾਬੀ ਸਿੱਖਦੇ ਰਹਿਣਾ ਹਰ ਰੋਜ਼ ਠੀਕ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ